ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਿਆਮ ਸਟੱਡੀ ਵਿਦ ਜੋਬ ਅਲਰਟ ਤੇ ਸੋ ਇਹਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਅੱਜ ਵਿਧਾਨ ਸਭਾ ਸੈਸ਼ਨ ਦਾ ਦੂਸਰਾ ਦਿਨ ਹੈ ਤਾਂ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਵੱਲੋਂ ਦੋ ਗੱਲਾਂ ਨੇ ਜਿਹੜੀਆਂ ਸਾਂਝੀਆਂ ਕੀਤੀਆਂ ਗਈਆਂ ਨੇ ਪਹਿਲਾ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਇਹ ਗੱਲ ਉਹਨਾਂ ਨੇ ਸਾਂਝੀ ਕੀਤੀ ਹੈ ਕਿ ਜੋ ਵੀ ਸਰਕਾਰੀ ਸਕੂਲਾਂ ਦੇ ਅਧਿਆਪਕ ਨੇ ਚਾਹੇ ਕਿਸੇ ਵੀ ਸਬਜੈਕਟ ਦੇ ਨਹੀਂ ਯਾਨੀ ਕਿ ਅਧਿਆਪਕ ਨੇ ਤਾਂ ਉਹਨਾਂ ਤੋਂ ਬਿਨਾ ਬੱਚਿਆਂ ਨੂੰ ਪੜ੍ਹਾਉਣ ਦੇ ਹੁਣ ਹੋਰ ਕੋਈ ਕੰਮ ਹੈ ਜਿਹੜਾ ਨਹੀਂ ਲਿਆ ਜਾਏਗਾ ਇਸਤੇ ਪੰਜਾਬ ਸਰਕਾਰ ਦੀ ਸ਼ਕਤੀ ਹੋਏਗੀ ਅਗਰ ਕੋਈ ਵੀ ਇਦਾਂ ਦਾ ਹੋਰ ਕੋਈ ਟੀਚਰ ਦਾ ਫਾਰ ਐਗਜ਼ਾਮਪਲ ਲਈ ਕੋਈ ਸਰਹੱਦਾਂ ਤੇ ਇਲੈਕਸ਼ਨ ਦੌਰਾਨ ਕੰਮ ਲਿਆ ਜਾਂਦਾ ਹੈ ਜਾਂ ਮਰਦਮ ਸਰ ਸਵਾਰੀ ਜਿਹੜੀ ਹੁੰਦੀ ਹੈ ਇਦਾਂ ਦੇ ਕੰਮ ਲਏ ਜਾਂਦੇ ਆ ਤਾਂ ਸਿਰਫ ਔਰ ਸਿਰਫ ਅਧਿਆਪਕਾਂ ਤੋਂ ਜਿਹੜਾ ਹੋਣਾ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਲਿਆ ਜਾਏਗਾ ਅਧਿਆਪਕ ਦਾ ਜਿਹੜਾ ਟੀਚਰ ਹੈ ਉਹ ਬੱਚਿਆਂ ਨੂੰ ਪੜ੍ਹਾਉਣਾ ਹੋਏਗਾ ਤਾਂ ਇਹ ਅੱਜ ਵਿਧਾਨ ਸਭਾ ਸੈਸ਼ਨ ਦੇ ਵਿੱਚ ਸਰਦਾਰ ਭਵਨ ਸਿੰਘ ਮਾਨ ਵੱਲੋਂ ਜੋ ਮੁੱਖ ਮੰਤਰੀ ਪੰਜਾਬ ਨੇ ਇਹ ਗੱਲ ਹੈ ਜਿਹੜੀ ਸਾਂਝੀ ਕੀਤੀ ਗਈ ਹੈ। ਦੂਸਰੀ ਗੱਲ ਹੈ ਪੰਜਾਬ ਦੇ ਜਿੰਨੇ ਵੀ ਸਾਰੇ ਪ੍ਰਾਈਵੇਟ ਸਕੂਲ ਨੇ ਤਾਂ ਇਹਨਾਂ ਨੂੰ ਜਿਹੜਾ 1 ਲੱਖ ਤੱਕ ਰੁਪਏ ਦਾ ਹੁਣ ਜਿਹੜਾ ਜੁਰਮਾਨਾ ਹੋਏਗਾ। ਅਗਰ ਇਹ ਬੱਚਿਆਂ ਦੇ ਮਾਪਿਆਂ ਉਤੇ ਫੀਸਾਂ ਦਾ ਜਾਂ ਕਿਤਾਬਾਂ ਦਾ ਜਾਂ ਵਰਦੀਆਂ ਦਾ ਬੋਝ ਪਾਉਂਦੇ ਨੇ, ਇਹ ਮਜਬੂਰ ਕਰਦੇ ਨੇ ਕਿ ਇਸ ਦੁਕਾਨ ਤੋਂ ਲਓ, ਕਿ ਇਸ ਦੁਕਾਨ ਤੋਂ ਵਰਦੀ ਲਓ ਜਾਂ ਸਕੂਲ ਦੇ ਵਿੱਚੋਂ ਵਰਦੀ ਲਓ, ਸਕੂਲ ਦੇ ਵਿੱਚੋਂ ਹੀ ਕਿਤਾਬਾਂ ਲਓ। ਅਗਰ ਇਦਾਂ ਕੋਈ ਪ੍ਰਾਈਵੇਟ ਸਕੂਲ ਕਰਦਾ ਫੜਿਆ ਜਾਂਦਾ ਹੈ ਤਾਂ 1 ਲੱਖ ਰੁਪਏ ਜੁਰਮਾਨਾ ਜਿਹੜਾ ਹੁਣ ਕੀਤਾ ਜਾਏਗਾ ਸੋ ਇਹ ਦੋ ਅਪਡੇਟਾਂ ਨੇ ਜਿਹੜੀਆਂ ਵਿਧਾਨ ਸਭਾ اجلاس ਦੇ ਦੌਰਾਨ ਸਾਹਮਣੇ ਆਈਆਂ ਨੇ ਬਾਕੀ ਜੋ ਅਗੇ ਅਪਡੇਟਸ ਹੋਣਗੀਆਂ ਸਮੇਂ ਸਿਰ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਵਾਲ ਤੇ ਪ੍ਰੈਸ ਕਰਕੇ ਜਰੂਰ ਰੱਖਿਓ ਧੰਨਵਾਦ